हेलो एवरीवन वेलकम टू ऑल इन योर ओन चैनल लर्न एवरीथिंग सो assi kar rahe si attd de paper le jo hega apa social science da part theek hai ede vichon main kafi sariyan videos upload kar bhi chukke hai like punjab di history te next jo hai hun apa karan ja rahe ha pungol de vichon bharatik jaan pehchan pehla syllabus de vich ehi topic ditta hoya bahut zyada easy way nal karange main tuhanu just ede vich important question dassangi jehde frame ho sakde hai like pehla ta hega ki ਇਦੇ ਵਿੱਚ ਜੇਦਾ ਅਸੀਂ ਇੰਡੀਆ ਦੇ ਇੱਕ ਇੰਟਰੋਡਕਸ਼ਨ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਪੂਰੇ ਗਲੋਬ ਦੇ ਵਿੱਚ ਭਾਰਤ ਦੀ ਸਥਿਤੀ ਕੀ ਆ ਠੀਕ ਹੈ ਭਾਰਤ ਜੋ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਫੈਲਿਆ ਹੋਇਆ ਹੈ ਠੀਕ ਹੈ ਇੱਕ ਵਿਸ਼ਾਲ ਦੇ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਏਸ਼ੀਆ ਮਹਾਦੀਪ ਦੀ ਕਿਹੜੀ ਸਾਈਡ ਆ ਏਸ਼ੀਆ ਮਹਾਦੀਪ ਦੀ ਦੱਖਣ ਵਿੱਚ ਭਾਰਤ ਦੇ ਉੱਤਰ ਵਿੱਚ ਮਤਲਬ ਭਾਰਤ ਆ ਨਾ ਭਾਰ ਦਾ ਨਕਸ਼ਾ ਹੈ ਜਿੱਦਾਂ ਠੀਕ ਹੈ ਸੋ ਭਾਰਤ ਦੇ ਜੋ ਉੱਤਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹ ਹੈ ਹਿਮਾਲਿਆ ਦੀਆਂ ਵਿਸ਼ਾਲ ਪਹਾੜੀਆਂ ਠੀਕ ਹੈ ਜੋ ਇਧਰ ਨੇਪਾਲ ਤੱਕ ਫੈਲੀਆਂ ਹੋਈਆਂ ਹਨ ਜਦਕਿ ਇਸ ਦੇ ਦੱਖਣ ਵਿੱਚ ਜੇ ਆਪਾਂ ਦੱਖਣ ਦੀ ਗੱਲ ਕਰੀਏ ਉੱਥੇ ਹਿੰਦ ਮਹਾਸਾਗਰ ਕਲੀਅਰ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਥਾਨਿਕ ਵਿਸਤਾਰ ਦੀ ਜਦ ਮੈਂ ਗੱਲ ਕਰਾਂ ਸਥਾਨਿਕ ਵਿਸਤਾਰ ਮਤਲਬ ਜਿੱਦ ਸਾਡੇ ਕੋਲ ਗਲੋਬ ਹੈ ਹੈ ਨਾ ਥੋੜਾ ਵਧੀਆ ਤਰ੍ਹਾਂ ਡਰਾ ਕਰ ਲੈਣੇ ਆ ਥਿਸ ਇਜ਼ ਦਾ ਗਲੋਬ ਠੀਕ ਹੈ ਇਹਦੇ ਵਿੱਚ ਜਿੱਦਾ ਨਾ ਸਾਡੇ ਕੋਲ ਡਿਗਰੀਜ਼ ਦੇ ਵਿੱਚ ਲੈਟੀਟਿਊਡ ਲੰਗਿਟਿਊਡਸ ਤੁਹਾਨੂੰ ਬਤਾਵੇ ਅਕਸ਼ਾਂਸ਼ ਠੀਕ ਹੈ ਦੇਸ਼ਾਂਤਰ ਹੈ ਸੋ ਜੇ ਅਸੀਂ ਗੱਲ ਕਰੀਏ ਅਕਸ਼ਾਂਸ਼ ਦੀ ਤਾਂ ਇਹ 8 ਡਿਗਰੀ 4 ਤੋਂ ਲੈ ਕੇ 37 ਡਿਗਰੀ 17 ਦੇ ਵਿੱਚ ਵਿੱਚ ਠੀਕ ਹੈ ਕੁਝ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾ ਦਿੰਨੀ ਹਾਂ ਦੇਖੋ ਇਹ 0 ਡਿਗਰੀ ਇੱਥੇ ਤੋਂ 8 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ 37 ਡਿਗਰੀ 17 ਠੀਕ ਹੈ ਤੇ ਐਦਾਂ ਹੀ ਜੇ ਦੇਸ਼ਾਂਤਰ ਦੀ ਗੱਲ ਕਰੀਏ ਠੀਕ ਹੈ ਇਧਰ ਨੂੰ ਇਹਦਾ ਇਹ ਵੀ ਸੈਂਟਰ ਤੋਂ ਜ਼ੀਰੋ ਤੇ ਪ੍ਰਾਈਮਰੀ ਮੀਡੀਅਨ ਸੋ ਇਹ 68 7 ਤੋਂ ਲੈ ਕੇ 97 24 ਠੀਕ ਹੈ ਇੱਥੇ ਤੱਕ ਪੂਰਬ ਤੱਕ ਫੈਲਿਆ ਹੋਇਆ ਸੋ ਹੈ ਕਿ ਇਹ ਉੱਤਰੀ ਅਕਸ਼ਾਂਸ਼ ਤੱਕ ਇੱਥੇ ਤੱਕ ਫੈਲਿਆ 8 4 ਤੋਂ ਲੈ ਕੇ 37 17 ਤੇ ਦੇਸ਼ਾਂਤਰੀ ਵਿਸਤਾਰੇ ਦਾ 68 7 ਪੂਰਬ ਤੋਂ ਲੈ ਕੇ 97 24 ਪੂਰਬ ਤੱਕ ਹੈ ਇਹ ਤੁਹਾਨੂੰ ਪੱਧਰ ਜਿਹਦਾ ਪੂਰਬ ਠੀਕ ਹੈ ਇੱਧਰ ਉੱਤਰ ਸੋ ਇਹ ਸਾਨੂੰ ਲੋਕੇਸ਼ਨ ਪਤਾ ਹੋਣੀ ਚਾਹੀਦੀ ਆ ਆਕਾਰ ਤੇ ਖੇਤਰਫਲ ਤਿਕੋਣਾ ਆਕਾਰ ਹੈ ਇਹਦਾ ਠੀਕ ਆ ਜਿਸ ਦਾ ਆਧਾਰ ਉੱਤਰ ਵਿੱਚ ਤੇ ਮਤਲਬ ਉੱਪਰ ਆਧਾਰ ਉੱਤਰ ਵਿੱਚ ਆ ਤੇ ਜਿਹੜਾ ਤਿਕੋਣਾ ਹਿੱਸਾ ਜਿਹੜਾ ਬਿਲਕੁਲ ਤਿਕੋਣ ਬਣੀ ਹੋਈ ਆ ਉਹ ਦੱਖਣ ਵਿੱਚ ਕੰਨਿਆ ਕੁਮਾਰੀ ਦੇ ਉੱਪਰ ਸਥਿਤ ਆ ਤੇ ਕੁੱਲ ਖੇਤਰਫਲ ਇਹਦਾ 32 ਲੱਖ 88000 ਵਰਗ ਕਿਲੋਮੀਟਰ ਆ ਤੇ ਇਹ ਖੇਤਰਫਲ ਦੇ ਅਨੁਸਾਰ ਸੰਸਾਰ ਵਿੱਚ 7ਵਾਂ ਵੱਡਾ ਦੇਸ਼ ਹੈ ਕਲੀਅਰ ਆ ਜੀ ਮੇਨ ਹੁਣ ਮੈਂ ਦੱਸ ਦੇਣੀ ਵਿੱਚ ਮੇਨ ਕੀ ਆ ਏਸ਼ੀਆ ਮਹਾਦੀਪ ਦੇ ਕਿੱਧਰ ਆ ਬਾਕੀ ਆ ਵਿਸਥਾਰ ਜਿਹੜੇ ਨਾ ਇਹ ਸਭ ਤੋਂ ਦਾ ਇੰਪੋਰਟੈਂਟ ਹੈਗੇ ਠੀਕ ਹੈ ਇਹ ਜ਼ਿਆਦਾ ਇੰਪੋਰਟੈਂਟ ਹੈ ਗਿਆ ਉਸ ਤੋਂ ਬਾਅਦ ਤੁਹਾਨੂੰ ਇਹਦਾ ਏਰੀਆ ਪਤਾ ਹੋਣਾ ਚਾਹੀਦਾ ਕਿ ਨੰਮਾ ਤੇ ਕਿੰਨੇ ਨੰਬਰ ਤੇ ਏਰੀਆ ਵਾਈਜ਼ ਇਹ 7ਵੇਂ ਨੰਬਰ ਤੇ ਆ ਉਸ ਤੋਂ ਬਾਅਦ ਗੁਆਂਡੀ ਦੇਸ਼ ਠੀਕ ਹੈ ਪਾਕਿਸਤਾਨ afghanistan ਚੀਨ ਨੇਪਾਲ ਠੀਕ ਹੈ ਭੂਟਾਨ ਮਿਆਂਮਾਰ ਬੰਗਲਾਦੇਸ਼ ਸੋ ਇਹ ਪਤਾ ਹੋਣੀ ਚਾਹੀਦਾ ਤੁਹਾਨੂੰ ਉੱਤਰ ਜੀ ਇਹਦੇ ਹੀ ਆਪਾਂ ਉੱਤਰ ਪੱਛਮ ਦੀ ਗੱਲ ਕਰੀ ਉੱਤਰ ਪੱਛਮ ਵਿੱਚ ਪੈਂਦਾ ਪਾਕਿਸਤਾਨ ਜਿੱਦਾ ਹੁਣ ਜੇ ਇੰਡੀਆ ਦੀ ਗੱਲ ਕਰੀ ਹੈ ਨਾ ਠੀਕ ਹੈ ਇਹਦਾਸੀਂ ਮੜਾ ਜ ਮੈਪ ਵਾਂਗ ਥੋੜਾ ਜਿਹਾ ਡਰਾ ਕਰਕੇ ਦੇ ਦਿਆਂ ਠੀਕ ਹੈ ਜਿ세 ਡਰਾ ਕਰੀਏ ਇਦਾਂ ਦੀ ਸਾਈਡ ਇਹਦੇ ਮੈਂ ਇੱਥੇ ਉੱਤਰ ਪੂਰਬ ਪੱਛਮ ਬਣਾਵਾ ਨਾ ਉੱਤਰ ਪੂਰਬ ਦੱਖਣ ਤੇ ਪੱਛਮ ਉੱਤਰ ਪੱਛਮ ਚ ਕੋਣਾ ਜਿੰਦਾ ਪਾਕਿਸਤਾਨ ਆ ਜਾਂਦਾ ਠੀਕ ਆ ਅਫਗਾਨਿਸਤਾਨ ਠੀਕ ਆ ਚੀਨ ਤੇ ਨੇਪਾਲ ਸਾਡੇ ਗੁਆਂਢੀ ਦੇਸ਼ ਹਨ ਠੀਕ ਹੈ ਉਸ ਤੋਂ ਬਾਅਦ ਜੇ ਅਸੀਂ ਉੱਤਰ ਪੂਰਬ ਦੀ ਗੱਲ ਕਰੀਏ ਉੱਤਰ ਪੂਰਬ ਵਿੱਚ ਸਾਡੇ ਗੁਆਂਢੀ ਦੇਸ਼ ਭੂਟਾਨ ਮਿਆਂਮਾਰ ਤੇ ਬੰਗਲਾਦੇਸ਼ ਹਨ ਠੀਕ ਹੈ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਆ ਜਾਂਦਾ ਪ੍ਰਸ਼ਾਸਨਿਕ ਮੰਡ ਇਹਦੇ ਵਿੱਚ 29 ਰਾਜ ਤੇ 7 ਜਿਹੜੇ ਆ ਹੁਣ 28 ਰਾਜ ਹੈਗੇ ਨੇ ਠੀਕ ਹੈ ਸੋ ਇਹ ਚੇਂਜ ਹੋ ਚੁੱਕਾ ਹੈ ਇਹ ਵੀ ਤੁਹਾਨੂੰ ਥੋੜਾ ਪਤਾ ਹੋਣਾ ਚਾਹੀਦਾ ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਾਡੇ ਕੋਲ ਭਾਰਤ ਦਾ ਆਧੁਨਿਕ ਨਾਮ ਇੰਡੀਆ ਕਿਸ ਧਾਰਨ ਧਾਰਨਾ ਤੇ ਪਿਆ ਜਿਹੜਾ ਭਾਰਤ ਦਾ ਆਧੁਨਿਕ ਨਾਮ ਸਿੰਧੂ ਨਦੀ ਦੇ ਨਾਮ ਤੇ ਪਿਆ ਕਿਹੜੀ ਨਦੀ ਸਿੰਧੂ ਨਦੀ ਧਰਤੀ ਉੱਤੇ ਭਾਰਤ ਦੀ ਸਥਿਤੀ ਕੀ ਹੈ ਧਰਤੀ ਉੱਤੇ ਜੇ ਆਪਾਂ ਪੂਰੇ ਸੰਸਾਰ ਦੀ ਗੱਲ ਕਰੀਏ ਉਹਦੇ ਵਿੱਚ ਇਹ ਜਿਹੜਾ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਹੈ ਜੋ ਆਪਾਂ ਹੁਣ ਕਰ ਚੁੱਕੇ ਹਾਂ ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੀ ਸਥਿਤੀ ਹੈ ਹਿੰਦ ਮਹਾਸਾਗਰ ਵਿੱਚ ਭਾਰਤ ਦੀ ਸਥਿਤੀ ਕੇਂਦਰੀ ਹੈ ਯਾਨੀ ਉਹਦੇ ਕੇਂਦਰ ਤੇ ਹੈ ਕਲੀਅਰ ਭਾਰਤ ਦੀ ਸਮੁੰਦਰੀ ਸੈਨਾ ਦੇ ਸ਼ਕਤੀਸ਼ਾਲੀ ਹੋਣ ਦੇ ਕੀ ਪਰਮਾਨ ਹਨ ਭਾਰਤ ਦੀ ਜਿਹੜੀ ਸਮੁੰਦਰੀ ਸੈਨਾ ਨੇ ਨਾ 20ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਇੱਕ ਪਾਸੇ ਸ਼੍ਰੀਲੰਕਾ ਵਿੱਚ ਫੈਲੇ ਆਤੰਗਵਾਦ ਨੂੰ ਦਬਾਉਣ ਦਾ ਯਤਨ ਕੀਤਾ ਤੇ ਦੂਸਰੇ ਪਾਸੇ ਜਿਹੜੇ ਮਾਲਦੀਪ ਨੂੰ ਸਮੁੰਦਰੀ ਲੁਟੇਰੇ ਸੀਗੇ ਜਿਹੜਾ ਲੁੱਟ ਰਹੇ ਸੀਗੇ ਉਹਨਾਂ ਤਾਂ ਵੀ ਬਚਾਉਣ ਦਾ ਗੌਰਵ ਪ੍ਰਾਪਤ ਕੀਤਾ ਸੋ ਠੀਕ ਹੈ ਜੀ ਸਮੁੰਦਰੀ ਸੈ ਜਿੰਨਾ ਸ਼੍ਰੀਲੰਕਾ ਚਾਤੰਗਵਾਦ ਫੈਲਿਆ ਸੀ ਉਹਨੂੰ ਵੀ ਦਮਾਣ ਦੀ ਕੋਸ਼ਿਸ਼ ਕੀਤੀ ਆ ਪੂਰੀ ਯਤਨ ਕੀਤੇ ਆ ਤੇ ਦੂਸਰੇ ਪਾਸੇ ਜਿਹੜੇ ਮਾਲ ਦੇ ਵਿੱਚ ਲੁੱਟ ਲਟੇਰੇ ਵੀ ਸੀਗੇ ਨਾ ਸਮੁੰਦਰ ਦੇ ਲੁੱਟੇਰੇ ਉਹਨਾਂ ਤੋਂ ਵੀ ਉਹਨਾਂ ਨੂੰ ਬਚਾਇਆ ਭਾਰਤ ਦਾ ਖੇਤਰਫਲ 3287263 ਵਰਗ ਕਿਲੋਮੀਟਰ ਯਾਦ ਰੱਖ ਲਿਓ ਪੇਪਰ 'ਚ ਆ ਸਕਦਾ ਆ ਉਸ ਤੋਂ ਬਾਅਦ ਜੀ ਵੈਰੀ ਇੰਪੋਰਟੈਂਟ ਉੱਤਰਪੂਰ ਉੱਤਰੀ ਦੱਖਣੀ ਤੇ ਪੂਰਬੀ ਪੱਛਮੀ ਠੀਕ ਆ ਚਲੋ ਮੈਂ ਦਾ ਸਿੰਪਲ ਬਣਾਣੀ ਆ ਉੱਤਰ ਤੋਂ ਲੈ ਕੇ ਦੱਖਣ ਤੱਕ ਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਉੱਤਰ ਤੋਂ ਲੈ ਕੇ ਦੱਖਣ ਤੱਕ ਹੈਗਾ ਜੀ ਇਹਦੀ ਦੂਰੀ 3214 ਕਿਲੋਮੀਟਰ ਤੇ ਪੂਰਬ ਤੋਂ ਪੱਛਮ ਜਿਹੜੀ ਹੈਗਾ 2933 ਕਿਲੋਮੀਟਰ ਤੋਂ ਦੇਖ ਕੇ ਬਦਲਾਦਾ ਉੱਤਰ ਤੋਂ ਦੱਖਣ ਦੀ ਦੂਰੀ ਜਿਹੜੀ ਆ ਉਹ ਜ਼ਿਆਦਾ ਹੈ ਵਿਸਤਾਰ ਜ਼ਿਆਦਾ ਹੈ 3214 ਉਧਰ 2933 ਠੀਕ ਹੈ ਜੀ ਭਾਰਤ ਦੀਆਂ ਥਲ ਵਰਤੀ ਤੇ ਤੱਟ ਵਰਤੀ ਸੀਮਾਵਾਂ ਕਿੰਨੀਆਂ ਲੰਬਾਈ ਹਨ ਥਲ ਵਰਤੀ ਸਿਰਫ ਥਲ ਦੇ ਨਾਲ ਰਿਲੇਟਡ 15200 ਕਿਲੋਮੀਟਰ ਜੇ ਤੱਟ ਵਰਤੀ ਲੈ ਲਈਏ ਉਹ ਬਾਟ 83 ਠੀਕ ਹੈ ਅਪਰੋਕਸ ਕਿ ਬੁੱਕਸ ਤੇ ਤੁਹਾਨੂੰ 7000 ਕਿਲੋਮੀਟਰ ਦੇ ਅਪਰੋਕਸ ਵੀ ਮਿਲ ਜਾਏਗਾ ਠੀਕ ਹੈ ਤਾਂ ਉਸ ਗੱਲ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਕਲੀਅਰ ਹੈ ਜੀ ਤੁਹਾਨੂੰ ਸਿੰਪਲ ਹੈਗਾ ਸੋਥਲ ਵਰਤੀ ਤੇ ਟਟਵਰਤੀ ਉਸ ਤੋਂ ਬਾਅਦ ਜੀ ਕੁਐਸਚਨ ਹੈ ਖੇਤਰਫਲ ਦੇ ਪੱਖੋਂ ਕਿੰਵੇਂ ਨੰਬਰ ਤੇ ਆ 7ਵੇਂ ਨੰਬਰ ਤੇ ਸੋ ਇੱਕ ਵਾਰ ਰਿਪੀਟ ਕਰ ਲਈਏ ਜੀ ਆਧੁਨਿਕ ਨਾਮ ਇੰਡੀਆ ਕਿਤੋਂ ਪਿਆ ਸਿੰਧੂ ਨਦੀ ਸਥਿਤੀ ਕਿਤੇ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਆ ਠੀਕ ਹੈ ਹਿੰਦ ਮਹਾਜ ਦੇ ਸਾਗਰ ਦੇ ਵਿੱਚ ਕੇਂਦਰੀ ਸਥਿਤੀ ਆ ਸੋ ਸਮੁੰਦਰੀ ਸੈਨਾ ਨੇ ਕੀ ਕੀ ਹੈਲਪ ਕੀਤੀ ਹੈ ਇੱਕ ਤਾਂ ਮਾਲਦੀਪ ਚ ਲੁਟੇਰੀਆਂ ਦਾ ਜਿਹੜਾ ਸਮੁੰਦਰੀ ਲੁਟੇਰੀਆਂ ਦਾ ਰੋਲਾ ਸੀ ਉਹਨੂੰ ਖਤਮ ਕੀਤਾ ਦੂਸਰਾ ਸ਼੍ਰੀਲੰਕਾ ਜਿਹੜਾ ਆਤੰਗਵਾਦ ਫੈਲਿਆ ਸੀ ਉਹਦੇ ਲਈ ਸੋ ਭਾਰਤ ਦਾ ਖੇਤਰਫਲ 328700 263 ਵਰਗ ਕਿਲੋਮੀਟਰ ਉੱਤਰ ਦੱਖਣ ਤੋਂ 3214 ਤੇ ਪੂਰਾ ਪੱਛਮ ਤੋਂ 2933 ਕਿਲੋਮੀਟਰ ਤਲ ਵਰਤੀ ਸੀਮਾ 1523 ਤੇ ਤਟ ਵਰਤੀ ਪੂਰਾ 6083 ਕਿਲੋਮੀਟਰ ਖੇਤਰਫਲ ਦੇ ਪੱਖੋਂ ਅਸੀਂ 7ਵੇਂ ਨੰਬਰ ਤੇ ਆ ਉਸ ਤੋਂ ਬਾਅਦ ਜੀ ਸਾਡੇ ਕੋਲ ਕੁਐਸਚਨ ਏ ਹੈ ਕਿ ਸਾਡੇ ਆਧੁਨਿਕ ਜਿਹੜੇ ਅਜੂਕੇ ਪੰਜਾਬ ਦਾ ਜਨਮ ਕਦੋਂ ਹੋਇਆ ਜਾਂ ਪੰਜਾਬ ਭਾਸ਼ਾਈ ਰਾਜ ਦੇ ਰੂਪ ਵਿੱਚ ਅਜੋਕੇ ਪੰਜਾਬ ਦੀ ਇੱਕ ਸਥਾਪਨਾ ਕਦੋਂ ਹੋਈ ਮੈਂ ਕੋਲਰ ਵੀਡੀਓ ਚ ਦੱਸ ਚੁੱਕੀ ਹਾਂ 1 ਨਵੰਬਰ 1966 ਨੂੰ ਅੱਜ ਦੇ ਭੂਗੋਲਿਕ ਦੀ ਪਰਵੰਦਗੀ ਜਿਹੜੀ ਵੰਡ ਕੀ ਹੈ ਠੀਕ ਹੈ ਇਹ ਮੈਂ ਤੁਹਾਨੂੰ ਦੱਸ ਦਿੱਤਾ ਚੇਂਜ ਹੋ ਚੁੱਕੇ ਆ ਹੁਣ ਇਹਨੂੰ ਚੇਂਜ ਕਰ ਲੈਣਾ ਭਾਰਤ ਵਿੱਚ ਖੇਤਰਫਲ ਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦੇ ਨਾਮ ਲਿਖੋ ਭਾਰਤ ਦੇ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਹੈ ਰਾਜੋ Rajasthan ਹੈ ਤੇ ਸਭ ਤੋਂ ਛੋਟਾ ਕਿਹੜਾ ਹੈ Goa ਹੈ ਠੀਕ ਹੈ ਜੰਸਨ ਜੰਗਿਆ ਦੇ ਪੱਖੋਂ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਤੇ ਸਿੱਖਮ ਜਿਹੜਾ ਆ ਉਹ ਸਭ ਤੋਂ ਸੋ ਇਹ ਕੁਐਸਚਨ ਸਾਡਾ ਹੋ ਗਿਆ ਕਿ ਜੋ ਸਭ ਤੋਂ ਵੱਡਾ ਰਾਜ ਹੈ ਉਹ ਰਾਜਸਥਾਨ ਹੈ ਸਭ ਤੋਂ ਛੋਟਾ ਜਿਹੜਾ ਹੈ ਗੋਆ ਹੈ ਅਕੋਰਡਿੰਗ ਟੂ ਖੇਤਰਫਲ ਜੇ ਆਪਾਂ ਗੱਲ ਕਰੀਏ ਜਨਸੰਖਿਆ ਦੇ ਅਕੋਰਡਿੰਗ ਫਿਰ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਹੈ ਤੇ ਸਿੱਕਮ ਸਭ ਤੋਂ ਛੋਟਾ ਹੈ ਸੋ ਰਿਵਾਈਜ਼ ਕਰ ਲੈਣਾ ਜੀ ਆਪਾਂ ਅਗੇਨ ਸੱਤਮਾ ਹੈ ਇਹ ਖੇਤਰਫਲ ਦੇ ਸਥਾਨ ਤੋਂ ਪਾਸ਼ਾ ਦੇ ਧਾਰਤਿਕ ਨਵੰਬਰ 1966 ਸੋ ਇਹ ਚੇਂਜ ਕਰ ਲੈਣਾ 28 ਹੁਣ ਸਾਡੇ ਕੋਲ ਰਾਜ ਹੈਗੇ ਨੇ ਤੇ 8 ਹੀ ਕੇਂਦਰੀ ਸ਼ਾਸਿਤ ਜਿਹੜੇ ਪ੍ਰਦੇਸ਼ ਹੈਗੇ ਨੇ 8 ਹੈਗੇ ਨੇ ਠੀਕ ਹੈ ਜਿੱਦਾਂ ਹੁੰਦਾ ਮਨ ਦਿਓ ਦਾਦ ਨਗਰ ਹਵੇਲੇ ਦਾ ਇੱਕ ਨਾਮ ਬਣ ਗਿਆ ਉਧਰ ਜੀ ਐਂਡ ਕੇ ਲਦਾਕ ਜਿਹੜੇ ਟੁੱਟ ਕੇ ਸਾਡੇ ਕੋਲ ਉਹ ਵੀ ਇੱਕ ਯੂਟੀ ਦੇ ਵਿੱਚ ਆ ਗਏ ਹੈਗੇ ਨੇ ਸੋ ਠੀਕ ਆ ਇਹ ਤੁਹਾਨੂੰ ਪਤਾ ਹੀ ਹੈਗਾ ਆ ਸੋ ਨੈਕਸਟ ਜੀ ਚੱਲਦੇ ਆਂ ਆਪਾਂ ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੇ ਦੇਸ਼ ਨੂੰ ਸਭ ਤੋਂ ਪਹਿਲਾ ਸਥਾਨ ਕਿਹੜਾ ਕਿਹੜੇ ਦੇਸ਼ ਨੂੰ ਪ੍ਰਾਪਤ ਹੈ ਚੀਨ ਨੂੰ ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਕਿੰਵੇਂ ਨੰਬਰ ਤੇ ਹੈ ਦੂਸਰੇ ਖੇਤਰਫਲ ਦੇ ਪੱਖੋਂ ਸੱਤਵੇਂ ਭਾਰਤ ਕਿੰਨੇ ਪਾਸਿਓਂ ਹਿੰਦ ਮਹਾਸਾਗਰ ਨਾਲ ਕਿਰਿਆ ਤਿੰਨ ਪਾਸਿਓਂ ਕਿਉਂਕਿ ਇਹ ਨੀਚੇ ਜਿਹੜੇ ਤਿਕੋਣ ਬਣਦੀ ਆ ਨਾ ਸੋ ਇਥੇ ਤਿੰਨੇ ਹੀ ਪਾਸੇ 1 2 3 ਤਿੰਨੇ ਹੀ ਪਾਸੇ ਇਹ ਕਿੰਨਾ ਕਿਰਿਆ ਹੋਇਆ ਪਾਣੀ ਨਲ ਕੀ ਰਿਆ ਹੋਇਆ ਆ ਭਾਰਤ ਦੇ ਕਿਹੜੇ ਰਾਜ ਵਿੱਚ ਇਸਤਰੀ ਸਾਖਰਤਾ ਦਰ ਸਭ ਤੋਂ ਵਧੇਰੀਆ ਕੇਰਲਾ ਕੇਰਲਾ ਵਿੱਚ ਸਭ ਤੋਂ ਵੱਧ ਪੜੀਆਂ ਲਿਖੀਆਂ ਔਰਤਾਂ ਆ ਠੀਕ ਹੈ ਆਰਿਆ ਕਾਲ ਵਿੱਚ ਭਾਰਤ ਨੂੰ ਕੀ ਨਾਮ ਦਿੱਤਿਆ ਸੀ ਆਰਿਆ ਵਰਤ ਕੀ ਕਹਿੰਦੇ ਸੀ ਇਹਨੂੰ ਜੀ ਆਰਿਆ ਵਰਤ ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਕਰਕ ਰੇਖਾ ਇਹ ਮੈਂ ਤੁਹਾਨੂੰ ਦੱਸਤਾ ਹੀ ਉੱਤਰ ਤੋਂ ਦੱਖਣ 32 14 ਆ ਜਿੱਧਰ ਉਧਰ ਹੋਵੇ 29 33 ਕਿਲੋਮੀਟਰ ਠੀਕ ਹੈ ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਰੂਸ ਰਸ਼ੀਆ ਹੁਣ ਦੇਖ ਲਓ ਪਾਪੂਲੇਸ਼ਨ ਵਾਈਜ਼ ਚੀਨ ਸੀਗਾ ਖੇਤਰਫਲ ਵਖੋ ਕੀ ਹੋ ਗਿਆ ਰਸ਼ੀਆ ਰੂਸ ਉਸ ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਭਾਰਤ ਵਿੱਚ ਗਣਤੰਤਰ ਦੀ ਸਥਾਪਨਾ ਕਦੋਂ ਹੋਈ 26 ਜਨਵਰੀ 1950 ਕਦੋਂ ਹੋਈ ਸੀ ਜੇ 26 ਜਨਵਰੀ ਗਣਤੰਤਰ ਦੇਸ ਮਨਾਨੇ ਨਾ 26 ਜਨਵਰੀ ਨੂੰ 26 ਜਨਵਰੀ 1950 ਭਾਰਤ ਦੇ ਕਿਹੜੇ ਪर्वਤ ਵਿਸ਼ਾਲ ਦੇ ਪ੍ਰਾਚੀਨ ਸਭ ਤੋਂ ਪੁਰਾਣੇ আরাਵਲੀ ਪਹਾੜ ਠੀਕ ਹੈ ਜੀ ਦਿੱਲੀ ਦੇ ਸ਼ਾਸਕ ਦੁਆਰਾ ਮਾਂ ਮਾਂਤਾ ਪ੍ਰਾਪਤ ਉਰਦੂ ਭਾਸ਼ਾ ਕਿਹੜੀਆਂ ਦੋ ਭਾਸ਼ਾਵਾਂ ਦਾ ਮਿਸ਼ਰਣ ਹੈ ਠੀਕ ਹੈ ਜੀ ਜਿਹੜੀ ਦਿੱਲੀ ਦੇ ਸ਼ਾਸਕਾਂ ਦਰ ਮਾਂਤਾ ਪ੍ਰਾਪਤ ਉਰਦੂ ਭਾਸ਼ਾ ਉਹ ਦੋ ਭਾਸ਼ਾਵਾਂ ਦਾ ਮਿਲ ਕੇ ਬਣੀਆ ਠੀਕ ਹੈ ਫਾਰਸੀ ਤੇ ਸੰਸਕ੍ਰਿਤ ਕਿਹੜੀ ਕਿਹੜੀ ਜੀ ਫਾਰਸੀ ਤੇ ਸੰਸਕ੍ਰਿਤ ਇਹ ਦੋ ਭਾਸ਼ਾਵਾਂ ਦਾ ਮਿਸ਼ਰਣ ਹੈ ਜੀ ਉਰਦੂ ਨੈਕਸਟ ਜੀ ਕੁਐਸਚਨ ਚੱਲਦੇ ਆਂ ਭਾਰਤ ਦੇ ਪੱਛਮ ਵਿੱਚ ਸਥਿਤ ਵਿਸ਼ਾਲ ਮਾਰੂਥਲ ਥਾਰ ਮਾਰੂਥਲ ਸਭ ਨੂੰ ਪਤਾ ਭਾਰਤ ਦੀ ਅਕ੍ਰਿਤੀ ਤ੍ਰਿਪੂਜਾਕਰ ਤਿਕੋਣ ਟਾਈਪ ਹੈ ਦੇਸ਼ ਵਿੱਚ ਰਾਸ਼ਟਰੀ ਮਾਨਤਾ ਪ੍ਰਾਪਤ ਸਾਨੂੰ ਕਿੰਨੀਆਂ ਜਿਹੜੀਆਂ ਭਾਸ਼ਾਵਾਂ ਨੂੰ ਰਾਸ਼ਟਰੀ ਮਾਨਤਾ ਜਿਹੜੀ ਪ੍ਰਾਪਤ ਉਹ 22 ਭਾਸ਼ਾਵਾਂ ਹੈਗੀਆਂ ਨੇ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਆ ਠੀਕ ਹੈ ਜੇ ਤੇ ਸਭ ਤੋਂ ਵੱਡਾ ਲੋਕਤੰਤਰ ਸਾਡਾ ਹੀ ਆ ਜੀ ਭਾਰਤ ਹੈ ਜਾਂ ਭਾਰਤ ਵਿੱਚ ਕਿਹੜੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਜਿਹੜਾ ਸਥਾਨ ਪ੍ਰਾਪਤ ਉਹ ਹਿੰਦੀ ਨੂੰ ਠੀਕ ਹੈ ਸਾਡੀ ਨੈਸ਼ਨਲ ਲੈਂਗੁਏਜ ਆ 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਜਨਸੰਖਿਆ ਦੀ ਘਣਤਾ ਕਿੰਨੀ ਸੀ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਠੀਕ ਹੈ 211 ਦੀ ਚਲਦੀ ਨਾ 10 ਸਾਲ ਬਾਅਦ ਹੁੰਦੀ ਹੈ ਠੀਕ ਹੈ ਤੇ ਉਸ ਅਕੋਰਡਿੰਗ ਜਿਹੜੀ 382 ਵਿਅਕਤੀ ਪ੍ਰਤੀ ਵਰ ਕਿਲੋਮੀਟਰ ਚੱਲ ਰਿਹਾ ਬਾਕੀ ਜਨਸੰਖਿਆ ਵਾਲੇ ਚੈਪਟਰ ਚ ਵੀ ਚੀਜ਼ਾਂ ਰਿਵਾਈਜ਼ ਹੋ ਜਾਣੀਆਂ ਮੱਧ ਕਾਲ ਦੇ ਦੌਰਾਨ ਭਾਰਤ ਦੇ ਵਿਸ਼ਾਲ ਖੇਤਰਾਂ ਵਿੱਚ ਕਿਹੜੀ ਭਾਸ਼ਾ ਦਾ ਬੋਲ ਬਾਲਾ ਸੀ ਜਦੋਂ ਮੱਧ ਕਾਲ ਚੱਲ ਰਿਹਾ ਸੀ ਉਸ ਟਾਈਮ ਫਾਰਸੀ ਭਾਸ਼ਾ ਦਾ ਜ਼ਿਆਦਾ ਇੱਥੇ ਰੋਲਾ ਸੀ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਵਿੱਚ ਭਾਰਤ ਦੇ ਕਿਹੜੇ-ਕਿਹੜੇ ਟਾਪੂs ਸਥਿਤ ਹਨ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਵਿੱਚ ਪਾਰੇ ਦੇਖੋ ਬੰਗਾਲ ਦੀ ਖਾੜੀ ਅੰਡੇਮਾਨਿਕੋਬਾਰ ਤੇ ਇੱਧਰ ਆਪਣੀ ਅਰਬ ਸਾਗਰ ਵੱਲ ਲਕਸ਼ਦੀਪ ਠੀਕ ਹੈ ਜੀ ਇੱਕ ਵਾਰੀ ਮੈਪ ਨੂੰ ਦੇਖ ਲਓ ਨਾ ਤੁਹਾਨੂੰ ਕਲੀਅਰ ਹੋ ਜਾਣਗੀਆਂ ਸਭ ਚੀਜ਼ਾਂ ਭਾਰਤ ਕਿਸ ਮਹਾਦੀਪ ਚ এਸ਼ੀਆ ਮਹਾਦੀਪ ਭਾਰਤ ਦੇ ਉਹ ਕਿਹੜੇ ਚਾਰ ਰਾਜ ਹਨ ਜਿਨ੍ਹਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ਦੇਖੋ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਕਿਹੜੇ-ਕਿਹੜੇ ਜੰਮੂ ਕਸ਼ਮੀਰ ਪਨਾ ਪੰਜਾਬ ਰਾਜਸਥਾਨ ਤੇ ਗੁਜਰਾਤ ਇਹਨਾਂ ਚਾਰਾਂ ਦੀ ਜਿਹੜੀ ਜਿਹੜੀ ਸੀਮਾ ਆ ਉਹ ਪਾਕਿਸਤਾਨ ਦੇ ਨਾਲ ਲੱਗਦੀ ਆ ਭਾਰਤ ਦੇ ਕੋਈ ਚਾਰ ਕੇਂਦਰੀ ਸ਼ਾਸਿਤ ਪ੍ਰਦੇਸ਼ਾ ਦਿੱਲੀ ਚੰਡੀਗੜ੍ਹ ਪੰਡੂਚੇਰੀ ਤੇ ਲਖਸ਼ਦੀਪ ਤੁਸੀਂ ਜਿਹੜੇ ਮਰਜ਼ੀ ਲਿਖੇ ਜੋ ਹੈਗੇ ਆਪਣੇ ਅਠ ਭਾਰਤ ਦਾ ਪੂਰਾ ਪੱਛਮੀ ਵਿਸਤਾਰ ਪੂਰਬ ਤੋਂ ਪੱਛਮ 29 33 ਤੇ ਇਧਰੋਂ 32 14 ਠੀਕ ਹੈ ਭਾਰਤ ਦੇ ਉਹ ਚਾਰ ਪ੍ਰਾਂਤ ਦੇ ਨਾਮ ਦੱਸੋ ਜਿਨ੍ਹਾਂ ਦੀ ਸੀਮਾ ਦੂਸਰੇ ਦੇਸ਼ਾਂ ਦੇ ਨਾਲ ਲੱਗਦੀ ਹੈ ਹੁਣੇ ਕੀਤਾ ਆਪਾਂ ਪੰਜਾਬ ਰਾਜਸਥਾਨ ਜੰਮੂ ਕਸ਼ਮੀਰ ਇਹ ਬਾਕੀ ਨੇ ਪੱਛਮੀ ਬੰਗਾਲ ਠੀਕ ਹੈ ਇਹ ਨਹੀਂ ਦੂਸਰੇ ਦੇਸ਼ਾਂ ਦੇ ਨਾਲ ਲੱਗਦੀ ਹੈ ਭਾਰਤ ਦੇ ਪੂਰਬੀ ਤੱਟ ਤੇ ਸਥਿਤ ਚਾਰ ਰਾਜਾਂ ਦੇ ਨਾਮ ਦੱਸੋ ਪੂਰਬ ਦੇਖੋ ਪੂਰਬ ਵਾਲੇ ਦਾ ਤਟੀਏ ਖੇਤਰ ਹੈਗੇ ਨਾ ਇੱਧਰ ਇਹ ਪੂਰਬ ਵਾਲਾ ਹੈ ਪੱਛਮੀ ਵਾਲਾ ਠੀਕ ਹੈ ਈਸਟ ਕੋਸਟ ਕੋਸਟ ਵੈਸਟ ਕੋਸਟ ਸੋ ਇਹ ਹੈਗੇ ਜੀ ਪੂਰਬ ਦੇ ਵੱਲ ਤਾਮਿਲਨਾਡੂ ਸੀਮਾਦਾਰ ਉੜੀਸਾ ਪੱਛਮੀ ਬੰਗਾਲ ਇਹਦੇ ਅਰਬ ਸਾਗਰ ਦੇ ਨਾਲ ਲੱਗਦੇ ਜਿਹੜੇ ਚਾਰਾ ਜਿਹੇ ਗੁਜਰਾਤ ਮਹਾਰਾਸ਼ਟਰ ਕਰਨੇਟ ਕਰਨਾਟਕ ਹੈ ਲਾ ਸੋ ਇਹ ਲਈ ਤੁਹਾਨੂੰ ਮੈਂ ਕਹਾਂ ਉਹ ਕਿ ਜੀ ਮੈਪ ਨੂੰ ਦੇਖੋ ਚੰਗੀ ਤਰ੍ਹਾਂ ਮੈਪ ਦੇਖੋ ਜਿੰਨਾ ਦੇਖ ਸਕਦੇ ਆ ਰੋਜ਼ ਇਦਾਂ ਦੇ ਕੁਸ਼ਨ ਉੱਦੀ ਹੋ ਜਾਣਗੇ ਤੁਹਾਡੇ ਕੋ ਬੰਗਲਾਦੇਸ਼ ਦੀ ਸੀਮਾ ਦੇ ਨਾਲ ਲੱਗਦੇ ਚਾਰ ਭਾਰਤੀ ਰਾਜਾਂ ਦੇ ਨਾਮ ਲਿਖੋ ਪੱਛਮੀ ਬੰਗਾਲ ਅਸਾਮ ਮੇਘਾਲਿਆ ਤੇ ਮਿਜ਼ੋਰਮ ਠੀਕ ਹੈ ਜੀ ਅਗੇਨ ਮੈਪ ਦੇਖੋ ਉੱਤਰਾਖੰਡ ਛੱਤੀਸਗੜ੍ਹ ਤੇ ਝਾਰਖੰਡ ਦੀਆਂ ਰਾਜਧਾਨੀਆਂ ਰਾਜਧਾਨੀਆਂ ਤੁਹਾਨੂੰ ਪਤਾ ਹੀ ਹੋਣੀਆਂ ਚਾਹੀਦੀਆਂ ਸਾਰੀਆਂ ਉੱਤਰਾਖੰਡ ਦੀ ਦੇਰਾਦੁਨ ਛੱਤੀਸਗੜ੍ਹ Raipur ਠੀਕ ਹੈ ਝਾਰਖੰਡ ਦੀ ਰਾਂਚੀ ਠੀਕ ਹੈ ਜੀ ਨੈਕਸਟ ਜੀ ਵਸੋਂ ਦੇ ਹਿਸਾਬ ਨਾਲ ਸੰਸਾਰ ਨੂੰ ਸੰਸਾਰ ਉਚੀਨ ਗ੍ਰਮ ਨੰਬਰ ਤੇ ਆ ਪਹਿਲੇ ਨੰਬਰ ਤੇ ਭਾਰਤ ਨੂੰ ਕਿਹੜੀ ਰੇਖਾ ਦੋ ਬਰਾਬਰ ਹਿੱਸਿਆਂ ਚ ਵੰਡਦੀ ਕਰ ਰੇਖਾ ਖੇਤਰਫਲ ਪੱਖੋਂ ਕਿੰਵੇਂ ਨੰਬਰ ਤੇ ਆ ਜੀ ਆਪਾਂ ਸੋਰੀ ਪਹਿਲੇ ਨੰਬਰ ਤੇ ਕੋਨਾ ਰੂਸ ਅਸੀਂ 7ਵੇਂ ਨੰਬਰ ਤੇ ਆ ਭਾਰਤ ਦੇ ਕਿਹੜੇ ਪਹਾੜ ਨੂੰ ਪ੍ਰਚੀਨ ਪ੍ਰਾਚੀਨ ਪर्वਤ ਕਿਹਾ ਜਾਂਦਾ ਅਰਾਵਲੀ ਪਹਾੜ ਸੰਵਿਧਾਨ ਵਿੱਚ ਕਿਹੜੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਰਜਾ ਪ੍ਰਾਪਤ ਹਿੰਦੀ ਨੂੰ ਉੱਦਾ ਬਾਈ ਪਛਾਵਾਂ ਸਾਡੇ ਸਭ ਤੋਂ ਵੱਧ ਜੀ ਵਰਖਾ ਚਿਰਾਪੁੰਜੀ ਦੇ ਵਿੱਚ ਹੁੰਦੀ ਆ ਡੈਸ਼ ਉੱਤਰਾਖੰਡ ਦੀ ਰਾਜਧਾਨੀ ਹੈ ਦੇਹਰਾਦੂਨ ਠੀਕ ਹੈ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਅਤੇ ਡੈਸ਼ ਰਾਜ ਦੀ ਸੀਮਾ ਆਪਾਂ ਹੋਣੀ ਕੀਤਾ ਸੀ ਇੱਕ ਰਾਜ ਕਿਹੜਾ ਰਹਿ ਗਿਆ ਗੁਜਰਾਤ ਡੈਸ਼ छत्तीसगढ़ ਦੀ ਰਾਜਧਾਨੀ ਹੈ ਰਾਏਪੁਰ ਪੰਜਾਬ ਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਪਤਾ ਹੀ ਆ ਤੁਹਾਨੂੰ ਜੀ ਚੰਡੀਗੜ੍ਹ ਹੈ ਉਸ ਤੋਂ ਬਾਅਦ ਜੀ ਵਸੋਂ ਦੇ ਪੱਖੋਂ ਅਸੀਂ ਕਿੰਵੇਂ ਨੰਬਰ ਤੇ ਆ ਜੀ ਵਸੋਂ ਦੇ ਪੱਖੋਂ ਅਸੀਂ ਦੂਜੇ ਨੰਬਰ ਤੇ ਆ ਤੇ ਖੇਤਰਫਲ ਦੇ ਪੱਖੋਂ 7ਵੇਂ ਨੰਬਰ ਦੇ ਠੀਕ ਹੈ ਜੀ ਭਾਰਤ ਦੇ ਕਿਸ ਰਾਜ ਵਿੱਚ ਔਰਤ ਸਾਖਰਤਾ ਸਭ ਤੋਂ ਜ਼ਿਆਦਾ ਹੈ ਕੀਤਾ ਸੀ ਆਪਾਂ ਕੇਰਲ ਦੇ ਵਿੱਚ ਉੱਤਰੀ ਸਿਰੇ ਤੋਂ ਦੱਖਣੀ ਸਿਰੇ 32 14 ਭਾਰਤ ਵਿੱਚ ਲੋਕਤੰਤਰ ਗਣਰਾਜ ਦੀ ਸਥਾਪਨਾ ਆਪਾਂ ਕੀਤਾ ਹੀ 26 ਜਨਵਰੀ 1950 ਭਾਰਤ ਦੀ ਆਕ੍ਰਿਤੀ ਕਿ ਹੋਜੀ ਹੈ ਤ੍ਰਿਪੂਜਾ ਆਕਾਰ ਠੀਕ ਹੈ ਜੀ ਦੇਸ਼ ਵਿੱਚ ਰਾਸ਼ਟਰੀ ਮੰਤ੍ਰ ਪ੍ਰਾਪਤ ਭਾਸ਼ਾ ਕਿੰਨੀਆਂ ਹੈ 22 2021 ਦੀ ਮਰਦ ਸ਼ਮਾਰੀ ਅਨੁਸਾਰ ਭਾਰਤ ਦੀ ਵੱਸੋਂ ਪ੍ਰਤੀ ਵਰਗ ਕਿਲੋਮੀਟਰ ਕਿੰਨੀ ਹੈ ਸੀ 382 ਕਲੀਅਰ ਹੈ ਜੀ ਉਸ ਤੋਂ ਬਾਅਦ ਹੈ ਸਾਡੇ ਕੋਲ ਕੁਸ਼ਲ ਮਿਲਾਨ ਛਤੀਸਗੜ੍ਹ Raipur ਜਨਸੰਖਿਆ ਦੀ ਦ੍ਰਿਸ਼ਟੀ ਜਨਸੰਖਿਆ ਦੇ ਅਕੋਰਡਿੰਗ ਚੀਨ ਖੇਤਰਫਲ ਅਕੋਰਡਿੰਗ ਰੂਸ ਉੱਤਰਾਖੰਡ ਦੇਰਾਦੂੰ ਠੀਕ ਹੈ ਜੀ ਮਿਲਾਨ ਵੀ ਹੋ ਗਏ ਆਪਣੇ ਸਾਰੇ ਕੁਐਸਚਨ ਵੀ ਹੋ ਗਏ ਜੇ ਹੁਣ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਜ਼ਰੂਰ ਕਰੋ ਥੈਂਕਸ ਫॉर ਵਾਚਿੰਗ ਦਾ